ਉਹਨਾਂ ਦੇ ਤਾਈ ਹੁਰਾਂ ਦੇ ਕੰਮ ਕੀਤੇ ਤੇ ਜਿਹਨਾਂ ਦੇ ਘਰ ਰਹਿੰਦੀ ਸਾਂ ਉਹਨਾਂ ਨੇ ਨਾ ਰੋਟੀ ਨਾ ਦਿੱਤੀ। ਉਹਨੇ ਆਖਿਆ ਚੱਲ ਜਿਹਨਾਂ ਦੇ ਘਰ ਗਈ ਸੀ ਨਾ ਉੱਥੇ ਹੀ ਜਾ ਕੇ ਰਹਿ ਤੇ ਉੱਥੇ ਜਾ ਕੇ ਸੌਂ। ਪਾਈਆਂ ਚਾਚੀਆਂ ਨਹੀਂ, ਤਿੰਨ ਚਾਰ ਇਕੱਠੀਆਂ ਸਨ ਇੰਜ ਨਾ, ਇੰਜ ਇੰਜ ਸਾਈਡ ਤੇ ਤਿੰਨੋਂ ਇਕੱਠੇ ਘਰ ਸਨ। ਇੱਕ ਮਾਮੀ ਦਾ ਪਰਾਂ ਸੀ ਤੇ ਉਹ ਫਿਰ ਲਾਲ ਜਦੋਂ ਅਸੀਂ ਸਿਆਣੇ ਹੋਏ ਫਿਰ ਤੇ ਸਾਡੀ ਮਾਮੀ ਕੀਜੋ ਜਿਹੜੀ ਸੀ ਬੜਾ ਪਿਆਰ ਕਰਦੀ ਸੀ, ਚੁੱਕਦੀ ਤਰਦੀ ਸੀ। ਉਂਝ ਮੇਰੇ ਨਾਲ ਤਾਂ ਨਹੀਂ ਕੋਈ ਵੀ ਨਹੀਂ, ਮਾਮਾ ਫੌਤ ਹੋ ਆ ਸਾਰੇ ਫੌਤ ਹੋ ਗਏ ਨੇ, ਮਾਮਾ ਬਸ਼ੀਰ ਵੀ, ਮਾਮੀ ਫਾਤਮਾ ਵੀ। ਉਹ ਪਿਛਲੇ ਦਿਨਾਂ ਚ ਮਾਮਾ ਹੋਈ ਸੀ ਕਿ ਆਹੋ ਆਹੋ ਹੋਈ, ਉਹ ਸਾਡੇ ਮਾਮੇ ਸਨ, ਸਾਡੀ ਅੰਮਾ ਦੇ ਨਾ ਤਾਏ ਦੇ ਪੁੱਤਰ ਭਰਾ ਸਨ। ਉਹ ਜਿਹੜੀ ਇੱਕ ਰਹਿ ਨਾ ਉਹ ਸਾਡੇ ਤਾਏ ਦੀ ਪੋਤਰੀ ਸੀ, ਆਸ਼ ਗੁਪਤਾ ਦੀ ਜਿਹੜੀ ਭਰਜਾਈ ਹੈ। ਅੱਛਾ, ਉਹ ਸਾਡੇ ਤਾਏ ਅੰਮਾ ਦੇ ਮਾਮੇ ਦੀ ਪੋਤਰੀ ਸੀ। ਉਹਨਾਂ ਦੀ ਜਿਹੜੀ ਵੱਡੀ ਭਰਜਾਈ ਹੈ ਉਹ ਵੀ ਤੁਹਾਡੀ ਕਜ਼ਨ ਲੱਗਦੀ ਹੈ ਨਾ, ਬਹੁਤੇ ਹੋ ਜਾਂਦੇ ਚਿੱਟੇ ਵਾਲ ਜ਼ਿਆਦਾ ਦੋ ਕੁ ਦਿਨ। ਕਈਆਂ ਦੇ ਹਜੇ ਤੱਕ ਵੀ ਨਹੀਂ ਜੇ ਛੁੱਟੀ ਆਏ ਕਾਲੇ ਨੇ, ਮੈਂ ਤੇ ਕੋਈ ਲਾਈ ਵੀ ਮੈਂ ਨਾ 5-6 ਸਾਲ ਵੱਡੀ ਹੈ, 4 ਸਾਲ ਪਹਿਲਾਂ ਵੀ ਮੇਰੇ ਤੋਂ ਵਿਆਹ ਕੇ ਆਈ ਸੀ ਬਾਜੀ। ਉਹ ਮਾਂ ਦੀ ਸ਼ਾਦੀ ਤੇ ਲਾਉਂਦੇ ਸੀ, ਉਹਨੂੰ ਸ਼ੂਗਰ ਬੜੇ ਚਿਰ ਦੀ ਹੈ ਤੇ ਉਹ 10-12 ਸਾਲ ਹੋ ਗਏ ਤੇ ਉਹਦੇ ਨਾ ਵਾਲ ਕਾਲੇ ਸਿਆਨ। ਅੱਛਾ, ਮੇਰੇ ਤੇ ਸਾਰੇ ਹੀ ਚਿੱਟੇ ਕਿਦੋਂ ਦੇ ਆ, ਜਦੋਂ ਮੈਂ ਸ਼ਹਿਰ ਆਈ ਨਾ ਮੇਰੇ ਉਦੋਂ ਦੇ ਚਿੱਟੇ ਹੋ ਗਏ ਨਾ, ਉਦੋਂ ਹੋਣੇ ਸ਼ੁਰੂ ਹੋ ਗਏ ਹਨ ਤੇ ਬਾਅਦ 'ਚ ਬਥੇਰੇ ਹੋ ਗਏ ਤੇ ਹੁਣ ਨਾ ਮਸਾਂ ਸਾਰੇ ਹੀ ਚਿੱਟੇ ਨੇ। ਉਹਦੇ ਵਾਲ ਕਾਲੇ ਸਿਆਣੇ, ਵਾਲ ਵੀ ਕੋਈ ਨਹੀਂ ਰਹੇ ਉਹਦੇ ਸਿਰ ਤੇ। ਅੱਛਾ, ਪਰ ਹੈ ਕਾਲੇ ਨੇ ਮੇਰੇ, ਉਹਦੇ ਨਾਲ ਭਾਰੇ ਵੀ ਨੇ ਤੇ ਲੰਬੇ ਵੀ ਨੇ। ਉਹ ਅੱਲਾ ਦੇ ਕੰਮ ਨੇ। ਮੇਰੇ ਸਾਂ ਫਿਰ ਲੰਬੇ ਹੋਏ ਇਹਨੇ, ਲੇਕਿਨ ਨੀਚਿਓਂ ਆ ਕੇ ਨਾ ਪਤਲੇ ਹੋ ਗਏ। ਅੱਛਾ, ਮੈਂ ਜਿੰਨੀ ਨਾ ਪਾਣੀ ਪੀਂਦੀ ਤਾਂ ਮੇਰੇ ਉੱਥੇ ਝੂੜੜੀਆਂ ਪਈਆਂ, ਹੈਂ ਜੇ ਮੈਂ ਪਾਣੀ ਪੀਣ ਜ਼ਿਆਦਾ ਪੀਵਾਂ ਤਾਂ ਫਿਰ ਨਹੀਂ ਘੁੰਮੀਆਂ। ਹਾਂ, ਮੈਨੂੰ ਇਹ ਸੀ ਹੋਰ ਸ਼ੂਗਰ ਦੀ ਵਜ੍ਹਾ ਤੋਂ ਇੰਝ ਹੁੰਦਾ, ਇਹਦਾ ਮਤਲਬ ਪਾਣੀ ਬਹੁਤ, ਪਾਣੀ ਪੀਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਸੀਂ ਗਰਮ ਪਾਣੀ ਕਰਕੇ ਪੀਂਦੇ ਹਾਂ। ਅੱਛਾ, ਕਰਕੇ ਦੋਵੇਂ ਜਣੇ, ਉਹਨੂੰ ਜ਼ੁਕਾਮ ਲੱਗਾ ਸੀ ਤਾਂ ਆਰਾਮ ਹੀ ਨਹੀਂ ਆਉਂਦਾ ਨੇ, ਅਤੇ ਫਿਰ ਡਾਕਟਰ ਨੇ ਆਖਿਆ ਕਿ ਜਦੋਂ ਪੀਓ ਪਾਣੀ ਗਰਮ, ਬਲਕਿ ਚਾਏ ਵਾਂਗੂ ਗਰਮ ਕਰਕੇ ਨਾ ਜਿਵੇਂ ਚਾਏ ਪੀ ਦੀ ਇਸ ਤਰ੍ਹਾਂ ਪੀਵੋ, ਤੇ ਵਾਕਈ ਬੜਾ ਫਰਕ ਪੈ ਗਿਆ ਸੀ ਖੰਘ ਦਾ ਰੇਸ਼ੇ ਦਾ। ਹੁਣ ਤਾਂ ਆਰਾਮ ਹੈ ਨਹੀਂ, ਅਤੇ ਉਸ ਤੋਂ ਬਾਅਦ ਉਹਨੇ ਪੀਣਾ ਹੀ ਅਸੀਂ ਗਰਮ ਪਾਣੀ, ਸਹੀ ਹੈ, ਠੰਡਾ ਪੀਂਦਾ ਹੀ, ਗਰਮ ਪਾਣੀ ਵੀ ਬੜਾ ਅੱਛਾ ਹੈ। ਖਾਧਾ ਪੀਤਾ ਹਜ਼ਮ ਹੀ ਹੋਈ ਜਾਂਦਾ ਹੈ, ਠੰਡੇ ਪਾਣੀ ਜਿਹੜਾ ਵੀ ਉਹਨੂੰ ਨਾ ਹਜ਼ਮ। ਚਾਈਨਾ ਦੇ ਲੋਕ ਜੋ ਨਾ ਉਹ ਜ਼ਿਆਦਾਤਰ ਪੀਂਦੇ ਹੀ ਗਰਮ ਪਾਣੀ ਨੂੰ, ਤਾਂ ਹੀ ਤਾਂ ਇੰਨੇ ਮੋਟੇ ਨਹੀਂ ਹੁੰਦੇ, ਸਿਹਤਮੰਦ ਵੀ ਹੁੰਦੇ। ਲੋਕਾਂ ਨੇ ਨਾਲ ਹੀ ਕੱਪੜੇ ਵੀ ਤੇ ਪਾ ਛੱਡੇ, ਧੁੱਪ ਤੇ ਲੰਘੀ ਗਈ। ਹਾਂ,
ਸ਼ਬਾ ਖਰਪੀਸ ਲੈ ਆਈ ਸਾ, ਫਿਰ ਮਿਲ ਗਿਆ ਸੀ ਜਿਹੜਾ ਲੈਣ ਗਈ ਸਾ ਜੀ। ਹੁਣ ਪਤਾ ਕਿੰਨੇ ਰੁਪਏ ਗੱਜ ਹੋਇਆ, 600 ਰੁਪਏ ਗੱਜ ਦਿੰਦਾ ਸਾ ਤੇ ਅੱਗੇ ਕੀ ਪਾ ਲੈਂਦਾ 360 ਨੂੰ ਗੱਦਾ ਸੇ ਕਰਵਾਇਆ ਸੀ ਉਹਦਾ ਪਿਛਲੇ ਸਾਲ ਅਜੇ ਜੜ ਸੂਫੀਆਂ ਦੇ ਕਵਾ ਨਹੀਂ ਤੇ ਫਿਰ ਕੀ ਲਿਆਈ ਸੀ ਕਿੰਨੇ ਦਾ? 2 ਗੱਜ ਲੈ ਕੇ ਆਏ ਸਨ ਤੇ ਕਹਿੰਦਾ ਸੀ 1 ਗੱਜ ਉੱਤੇ ਮੇਰਾ ਜ਼ਾਇਆ ਹੀ ਜਾਣਾ ਤੇ ਤੁਸੀਂ 3 ਗੱਜ ਪੂਰਾ ਹੀ ਲਾਈਓ ਤੇ ਫਿਰ 400 ਰੁਪਏ ਗੱਜ ਦੇ ਦਿੱਤਾ। ਵੱਧ ਲਿਆ ਕੇ 3 ਗਜ਼ ਕੱਪੜਾ ਨਾ ਤੇ ਵੱਧ ਦੇਣਾ ਉਹਨੂੰ ਤੇ 2 ਗਜ਼ ਕੱਪੜਾ ਚਾਹੀਦਾ। ਇੰਨੇ ਪਿਆਰੇ ਪਿਆਰੇ ਪੜਦੇ ਤੇ ਹੁਣ ਕਵਰ ਆਏ ਜੇ ਅਕਲ ਫੇਰ ਉਹਦੇ ਵਿੱਚ ਡੱਬੀਆਂ ਦੇ ਸੀ ਨਾ ਫਰੋਜ਼ੀ ਪਸੰਦ ਕਰਦੇ ਸਰ ਜੀ, ਮੈਂ ਕਿਹਾ ਫੇਰ ਫਰੋਜ਼ੀ ਤੇ ਨਹੀਂ ਨਾ ਫਰਨੀਚਰ ਨਾਲ ਮੈਚ ਹੁੰਦਾ, ਉਹ ਬਰਾਊਨ ਕਲਰ ਹੀ ਮੈਚ ਹੁੰਦਾ ਗੋਲਡਨ ਤੇ ਭੈਣ ਮਹਿੰਗੇ ਬੜੇ ਨੇ। ਉਧਰ ਲੰਡੇ ਚ ਵੇਖਣ ਗਈ ਸਾ ਤੇ 1200 ਰੁਪਈਏ ਦਾ 1200 ਰੁਪਈਆ ਕਦੇ ਨਾਲ ਇਹਦਾ ਮੈਂ ਮੰਗਦਾ ਸੀ ਤੇ ਮੈਂ 800 ਆਂਦੀ ਰਹੀ ਹਾਂ ਤੇ ਨਹੀਂ ਉਹਨੇ ਦਿੱਤਾ, ਐਡਾ ਵੱਡਾ ਸੋਹਣਾ ਵੱਡਾ ਪੜਦਾ ਸੀ ਆਹ ਨਹੀਂ ਦਿੱਤਾ। ਫਿਰ ਮੈਂ ਪੀਸ ਲਿਆ ਕੇ ਨਾ ਸਾਦੀਆ ਬਾਜੀ ਦੇ ਨਿਕਲ ਮੈਂ ਵੇਖੀ ਸੋਹਣੇ ਉਹਦੇ ਪੜਦੇ ਲਾ ਦੇ ਪੀਸ ਲਿਆ ਕੇ ਨਾ ਉਹ ਤਾਰ ਛੜੇ ਨਾ ਜੇ ਬਣਾਏ ਨਹੀਂ 1000 ਰੁਪਏ ਦੇ ਲਿਆਂਦੇ ਸਨ ਤੇ ਬਣਾਏ ਨੇ ਜੇ ਉਹਨਾਂ ਵਿੱਚ ਫੋਮ ਲਾ ਕੇ ਨਾ ਚੇਪੀ ਤੇ ਬਾਜ਼ਾਰੋਂ ਪਵਾਉਣੀ ਨੇ ਗੋਲ। ਅੱਛਾ 11-12 ਵੱਜਣ ਡੇ ਨੀ ਤੇ ਵੇਲਾ ਏਡੀ ਹਰਾਮ ਦੀ ਮਾਰ ਏ ਅਜੇ ਤੱਕ ਨਹੀਂ ਆਈ। ਇੱਕ ਸਾਲ ਹੋ ਗਿਆ ਨਾ ਪੂਰਾ 5 ਮਹੀਨੇ, ਕਈ ਸਦੀਆਂ ਹੀ ਲੰਘ ਜਾਣੀਆਂ ਨੇ ਜਿਹੜੇ ਟੁਰ ਗਏ ਨੇ ਉਹਨਾਂ ਕਿੱਥੇ ਸਮੀ ਦੇ ਵਿਆਹ ਨੂੰ ਵੀ ਤੇ ਉਹਨਾਂ ਦੀ ਸ਼ਾਦੀ ਨੂੰ। ਮੈਂ ਕਿਹਾ ਇਸ ਟਾਈਮ ਅਸੀਂ ਪਤਾ ਤਿਆਰੀਆਂ ਕਰਦੇ ਸਾਂ ਫਿਰ ਸਾਰੇ। ਹਾਂਜੀ ਉੱਤੇ ਬੱਦਲ ਜਿਹਾ ਹੋਇਆ ਹਾਂਜੀ ਠੰਡ ਚ ਬੱਚਿਆਂ ਨੂੰ ਦਾਤ ਦੇ ਤੇ ਮੇਰੇ ਮੀਆਂ ਨੂੰ ਮੇਰਾ ਫਰਮਾ ਬਰਦਾਰ ਕਰੇ। ਆਮੀਨ ਆਮੀਨ। ਕੱਲ ਬਾਜੀ ਬਾਜੀ ਮਨਜ਼ੂਰਾਂ ਨੂੰ ਪਤਾ ਕੀ ਕਹਿੰਦੇ ਜੇ ਇਹਦੀ ਇਹਨੇ ਟੈਨਸ਼ਨਾਂ ਦੇ ਦੇ ਕੇ ਮੇਰੇ ਵਾਲ ਚਿੱਟੇ ਕਰ ਛੱਡੇ ਇਹ ਦਿੰਦੀ ਜੀ ਮੈਨੂੰ ਟੈਨਸ਼ਨ।
ਮਜਦ ਨਾਲ 3 ਸਾਲ ਵੱਡਾ ਏ ਤੇ ਉਹਦੇ ਚਿੱਟੇ ਹੋ ਗਏ ਨੇ ਤੇ ਹੁਣ ਇਹਨਾਂ ਦੇ ਸਾਰਿਆਂ ਦੀ ਟੋਲੀ ਦੱਸਦੇ ਹੁੰਦੇ ਹਨ ਹੁਣ ਸਾਰੇ ਹੀ ਆਪਣੀ ਆਪਣੀ ਦੁਨੀਆ 'ਚ ਮਗਨ ਨੇ ਯਾਨੀ ਗੱਗਸ ਹੋ ਗਿਆ 39 ਸਾਲਾਂ ਨਹੀਂ 40 ਇੱਕ ਸਾਲ ਘੱਟ 40 ਨਹੀਂ ਬਾਜੀ 82 ਦੀ ਜੇ ਪਦਾਇਸ਼ ਹਜੇ ਤਾਂ 37 ਦੇ ਵੀ ਨਹੀਂ ਹੋਏ ਅਪ੍ਰੈਲ 'ਚ ਆ ਜਿਹੜਾ ਅਪ੍ਰੈਲ ਚੜ੍ਹਨਾ ਨਾ ਕਿ ਕਿਹੜੇ ਸੰਚੇ ਦੀ ਪਦਾਇਸ਼ 82 ਦਾ ਅਪ੍ਰੈਲ 82 ਦਾ ਅਪ੍ਰੈਲ ਯਾਨੀ ਮੇਰੇ ਵਿਆਹ ਤੋਂ ਬਾਅਦ 2 ਸਾਲ ਬਾਅਦ ਇਹਦੀ ਪਦਾਇਸ਼ ਕਰਨ ਲਈ ਹੈ 84 'ਚ ਮੇਰੀ ਸ਼ਾਦੀ ਹੋਈ ਅਤੇ 2 ਸਾਲਾਂ ਦਾ ਹੀ ਹੈ ਤੇ ਮੈਂ 30 ਪਦਾਇਸ਼ ਪਦਾਇਸ਼ ਨੂੰ ਮਾਰੇ ਗੋਲੀ ਹਾਂ ਅੱਛਾ 84 'ਚ ਮੇਰੀ ਸ਼ਾਦੀ ਹੋਈ ਅਤੇ 2 ਸਾਲਾਂ ਦਾ ਹੀ ਹੈ ਆਹੋ ਤੇ 82 ਦੀ ਪਦਾਇਸ਼ ਹੈ ਨਾ 82 ਤੋਂ ਹਿਸਾਬ ਲਾ ਲਓ ਨਾ 82 ਤੋਂ 83 ਤੇ 84 ਸਾਲ ਤੇ ਮੇਰੀ ਸ਼ਾਦੀ ਨੂੰ ਲੱਗ ਗਿਆ ਹਾਂ ਤੇ ਇਹਨਾਂ ਨੇ 38 ਦਾ ਹੋ ਗਿਆ ਨਾ ਜੀ ਨਾ ਸਹੀ ਹਿਸਾਬ ਲਾਉਂਦੇ ਹੋ ਹਾਂ 2 + 40 ਦਾ ਹਾਂ ਤੇ ਹੋ ਨਾ ਲੈਣੇ ਨਾ ਗਦਾ 1 ਸਾਲ ਹੀ ਮੈਂ ਵਧਾਇਆ ਹਾਂ ਸਹੀ ਹੈ 35 ਸਾਲਾਂ ਦਾ ਮਾਜਦ ਹੋ ਗਿਆ ਤੇ 36 ਸਾਲ ਚ ਲੱਗਾ ਹੈ ਬਹੁਤ ਤੜਾ ਸਾਹਿਬ 9ਵੇਂ ਮਹੀਨੇ ਹੈ ਬਹੁਤ ਸਾਹਿਬ ਤੇ ਹਾਂ ਨਹੀਂ ਸਾਹਿਬ ਤੇ ਬੱਚੇ ਸਾਰਿਆਂ ਦੇ ਪਦਾਇਸ਼ ਦਾ ਰਹਾ ਵੇਖੋ ਕਿੱਡੀ ਤੇਜ਼ ਨਾ ਹਿਲਦਾ ਪਿਆ ਸਫੈਦਾ ਹਾਂ ਪੂਰਾ 15-16 ਸਾਲਾਂ ਦੀ ਹੈ ਜਦੋਂ ਮੁਕੱਦਸ ਆਇਆ ਆਇਆ ਜਿੱਦਾਂ ਅਜੀ ਸ਼ਰੂਤਾ ਦੱਸਦੇ ਨੇ ਕਿ ਬਾਜੀ ਇਹਨੂੰ ਪਿਛਾ ਕਰ ਮੇਰਾ ਦਿਲ ਖਰਾਬ ਹੋ ਉਹ ਨਾ ਮਾਜੇ ਦਾ ਵਗਦਾ ਸੀ ਨਾ ਨੱਕ ਹਾਂਜੀ ਇਹ ਮੁਕੱਦਸ ਆਉਂਦਾ ਸੀ ਇਹਦੇ ਮੂੰਹ ਪਰਾ ਕਰੋ ਮੈਨੂੰ ਮੇਰਾ ਦਿਲ ਖਰਾਬ ਹੁੰਦਾ ਵੱਡਾ ਤੂੰ ਆਪ ਤੇਰਾ ਹਲੇ ਸੁੱਕਿਆ ਨਹੀਂ ਤੇ ਮੈਂ ਕਿਹਾ ਭਾਈ ਫਿਰ ਦਿਲ ਵੀ ਤੇ ਬਾਜ਼ਾਰ ਹੋ ਜਾਂਦਾ ਬੱਚੇ ਦਾ ਨੱਕ ਪੱਕਾ ਹੀ ਨਹੀਂ ਹੁੰਦਾ ਸੀ ਮੁਕੱਦਸ ਦਾ ਵੀ ਤੇ ਉੱਧਰ ਉਹ ਮੇਰਾ ਦਿਓਰ ਚਸਕੇ ਲੈ ਲਿਆ ਕਿ ਉੱਦਣ ਦੱਸਦਾ ਸੀ ਪਹਿਲਾਂ ਕਹਿੰਦਾ ਨਾਲ ਦੀ ਕੁੜੀ ਹੀ ਸ਼ਗੁਫਤਾ ਉਹ ਬੋਲਦੀ ਕੋਈ ਥੱਥ ਲਾਉਂਦੀ ਉਹਨੇ ਆਖਣਾ ਕਹਿਣਾ ਆਬੂ ਆ ਜਾ ਆਬੂ ਆ ਜਾ ਗਾਣਾ ਹੀ ਉਰੇ ਕੋਈ ਤੇ ਉਹ ਆਪਣੀ ਜ਼ੁਬਾਨ 'ਚ ਬੋਲਦੀ ਉਹਨੇ ਆਖਣਾ ਦੂਲੇ ਦੁਲੇ ਗਾ ਇਕੱਠੇ ਖੇਡਦੇ ਹਨ ਇੱਕ ਜਿਹੜਾ ਕਹਿੰਦਾ ਮੈਂ ਨੱਕ ਤਾਂ ਇੰਝ ਸੁਰਲਾ ਕਰਨਾ ਉਤਾਂ ਚਾੜਨਾ ਤੇ ਫਿਰ ਫਿਰ ਥੱਲੇ ਕਰਨਾ ਤਿਆਰ ਫਿਰ ਉਤਾਂ ਚਾੜਨਾ ਨੱਕ ਜਦੋਂ ਉਤਾਂ ਚੜ ਫਿਰ ਆਖਣਾ ਮੈਂ ਚਿਤਾ ਆਉਂਦਾ ਵਾ ਤੇ ਇਹ ਗੱਲ ਕਰੇ ਬੁੱਢੀ ਦੇ ਸਾਹਮਣੇ ਤੇ ਬੁੱਢੀ ਆਉਂਦੀ ਹੈ ਮੂੰਹ ਬੜੇ ਬਣਾਏ ਕਹਿੰਦਾ ਸਾਡੇ ਲਈ ਤੇ ਨੱਕ ਇੱਕ ਸਾਡਾ ਫੈਸ਼ਨ ਸੀ ਤੇ ਇੱਕ ਸਜਾਵਟ ਦਾ ਜ਼ਰੀਆ ਸੀ ਤੂੰ ਕੀ ਦਿਲ ਖਰਾਬ ਕਰਨੀ ਨੱਕ ਇਹ ਲੰਮਾ ਸੀ ਖੁੱਲੀਆਂ ਨਾ ਸਾ ਤੇ ਨੱਕ ਹੀ ਇੰਨਾ ਹੱਸਿਆ ਨਾ ਸੀ ਉਹਦੀਆਂ ਅੱਜੀਆਂ ਗੱਲਾਂ ਕਈ ਬੱਚਿਆਂ ਦੇ ਨਾ ਕਿੰਨੀ ਦੇਰ ਤੱਕ ਨੱਕ ਮਾਜੇ ਦਾ 15-16 ਸਾਲਾਂ ਦਾ ਸੀ ਜਦੋਂ ਇਹਦਾ ਨੱਕ ਸੁੱਕਿਆ ਸੀ ਇਹਦਾ ਪਿਓ ਨੂੰ ਵੀ ਹਰ ਵੇਲੇ ਲੱਗਾ ਰਹਿੰਦਾ ਸੀ ਤੇ ਦਾਦੀ ਇਹਦੀ ਨੂੰ ਵੀ ਤੇ ਇਹਨੂੰ ਵੀ ਜਦੋਂ ਸਹੀ ਜਵਾਨ ਹੋਇਆ ਨਾ ਫਿਰ ਇਹਦਾ ਨੱਕ ਸਹੀ ਹੋਇਆ ਨਹੀਂ ਤੇ ਨੱਕ ਪੱਕਾ ਹੀ ਰਹਿੰਦਾ ਸੀ ਵਗ ਵਗ ਨਾਜ਼ਮ ਦਾ ਜਲਦੀ ਇਹਦੇ ਨਾਲ ਸੁੱਕ ਗਿਆ ਸੀ ਉਹਦਾ ਵੀ ਪੱਕਾ ਰਹਿੰਦਾ ਹਰ ਵੇਲੇ ਵਗਦਾ ਰਹਿਣਾ ਤੇ ਪੱਕ ਜਾਣਾ ਨੱਕ ਮੈਂ ਤੇਲ ਉਂਗਲਾਂ ਨੂੰ ਲਾ ਲਾ ਕੇ ਲਾਉਣਾ ਕਰਨਾ ਤੇ ਦੁਆ ਦਿੱਤਿਆਂ ਦਾ ਵੀ ਕੋਈ ਫਰਕ ਨਹੀਂ ਪੈਂਦਾ ਬਾਹਰ ਫਿਰਦੇ ਹਨ ਠੰਡ 'ਚ ਕੰਮ ਲੱਗ ਜਾਂਦਾ ਹੈ ਵਧੀਆ ਬੱਚੀ ਕੌਣ ਹੈ ਸਾਹਮਣੇ ਵਾਲੀ
ਮੈਨੂੰ ਨਜ਼ਰ ਹੀ ਨਹੀਂ ਆਉਂਦੀ। ਟੋਪੀ ਪਾ ਕੇ ਆਈ ਬੱਚੀ ਨੇ, ਉਹਨਾਂ ਦਾ ਮੁੰਡਾ, ਇਹਨਾਂ ਦੇ ਗੁਆਂਢੀ ਉੱਧਰ ਨਹੀਂ, ਛੱਪੂ ਦਾ ਮੁੰਡਾ ਬੋਲੀ ਆ ਤਾਂ ਸਮਝ ਵਾਲੀ ਵੀ ਆਇਆ ਜੀ। ਆਹ ਰੇਟ ਦਾ ਪੇ ਸਹੀ ਹੈ ਜੀ, ਉਹ ਕਾਕਾ ਲੱਗਾ ਜਿਹੜਾ ਹੈ ਨਾ ਛੋਟੇ ਪਾਂਡੇ ਪਾਂਡੇ ਹਜੇ ਵੀ ਹੱਸ ਗਏ। ਫੋਨ ਨੀ ਹੈ ਚਿੱਟੇ ਵਾਲ ਵਿੱਚ ਛੋਟੇ ਨੀ ਸਭਾ ਨਵੇਂ ਆਉਂਦੇ ਦੂਸਰੇ ਕਾਲੇ ਜਿਹੜੇ ਨਹੀਂ ਉਹ ਲੰਮੇ ਨਹੀਂ ਹੈ ਨਵੇਂ ਆਉਂਦੇ ਹੁੰਦੇ ਜਿਹੜੇ ਇਹਦਾ ਮਤਲਬ ਕਿ ਨਵੇਂ ਉੱਗਦੇ ਨੇ ਪਹਿਲੇ ਨਹੀਂ ਚਿੱਟੇ ਹੁੰਦੇ ਨਹੀਂ ਮੈਂ ਸਮਝਦੀ ਹਾਂ ਪਹਿਲੇ ਹੀ ਚਿੱਟੇ ਹੋਈ ਜਾਂਦੇ ਨੇ ਵਾਂਜ ਮਰੀ ਵਾਲੀ ਵਾਂਜ ਮਰੀ ਚ ਪਰਸੋਂ ਬਰਾਬਰੀ ਹੋਈ ਹੈ ਹਾਂ ਮੇਰਾ ਭਰਾ ਵਿਆਹ ਸੀ ਉਹਦੇ ਸੇ ਇੰਨਾ ਠੰਡ ਕੋ ਬਚਨੇ ਆ ਓਏ ਛੇੜੋ ਕਿਉਂ ਮਿੱਟੀ ਨਿਕਾ ਰਹੇ ਹੋ ਇਸਕੇ ਗੰਦੀ ਕਦੇ ਸੇ ਇੱਕ ਪੌਦਾ ਪੁੱਟ ਕੇ ਲੈ ਜਾਈ ਜਾਂ ਇੱਕ ਗੱਡੀ 'ਚ ਛੱਪ ਨਾ ਜਿਹਦੇ 'ਚ ਇੱਕ ਪੌਦਾ ਲੱਗਾ ਹੈ ਨਾ ਉਹ ਗੱਡੀ ਦੇ ਵਿੱਚ ਰੱਖ ਲਈ ਫਿਰ ਮੈਂ ਜਾਣਾ ਹੁੰਦਾ ਤਾਂ ਫਿਰ ਮੈਂ ਖਾਣੀ ਹੁੰਦੀ ਹਾਂ ਆਰਾਮ ਦੇ ਵਾਲ ਕਲਰ ਕੀਤੇ ਨੇ ਮੇਰੇ ਬੇਟੇ ਗਿਰਨਾ ਜਾਣਾ ਅੱਛੀ ਤਰ੍ਹਾਂ ਪਕੜ ਕੇ ਜਾਣਾ ਧਿਆਨ ਸੇ ਉਹਨੇ ਕੁਛ ਲੰਜ ਫੜੇ ਆ ਜਿਵੇਂ ਉਹਨੇ ਹਰ ਜਗ੍ਹਾ ਜਿੱਥੇ ਜਾਣਾ ਇਹ ਗੱਦਾ ਹੋ ਜਾਣਾ ਜ਼ਹਿਰ ਕਿੱਥੇ ਵੇ ਜ਼ਹਿਰ ਕਿੱਧਰ ਹੈ ਉਹ ਨਹੀਂ ਨਜ਼ਰ ਆਇਆ ਜਿਉਂ ਦੇ ਤੁਸੀਂ ਉਧਰੋਂ ਆਏ ਹੋ ਜ਼ਹਿਰ ਕਿੱਧਰ ਹੈ ਆਂਦਾ ਸੀ ਪਿਆ ਰਸਤੇ 'ਚ ਪਾਪਾ ਨੂੰ ਕਿ ਮੈਂ ਸਫੀਰ ਘਰ ਜਾਣਾ ਮੈਨੂੰ ਮੀਰਲ ਘਰ ਬੜਾ ਹੀ ਮਜ਼ਾ ਆਇਆ ਅੱਛਾ ਤਾਂ ਮੈਂ ਕਿਹਾ ਇਹਨੂੰ ਉਹਨਾਂ ਨੂੰ ਆਖੋ ਕਿਸੇ ਨੂੰ ਘੱਲਣ ਤੇ ਇਹਨੂੰ ਮੈਂ ਘਲਵਾ ਦਿੰਦੀ ਹਾਂ ਉਹ ਰਾਤ ਪਤਾ ਸਫੀ ਦੇ ਨਾਲ ਕਹਿੰਦੇ ਲੜਦਾ ਸੀ ਆਪਣੇ ਵੱਲੋਂ ਭਲਵਾਨ ਬਣੇ ਆ ਟੀਵੀ ਅੱਗੇ ਬੈਠਾ ਉਹਨੇ ਚੜ ਜਾਏਗਾ ਜੇ ਬਾਜੀ ਨਾ ਉੱਪਰ ਨਾ ਜਾਣਾ ਵਾਲੀ ਨਾ ਗਿਰ ਜੋਗ ਜੁਆ ਮਾਰ ਮਾਰ ਮੇਰੇ ਨੂੰਹ ਵੀ ਲਾਲ ਹੋ ਗਏ ਨਹੀਂ ਮੇਰੇ ਹੀ ਹੋਏ ਨੇ ਮੈਂ ਲੀਖਾਂ ਮਾਰੀਆਂ ਨੇ ਜੁਆ ਘੱਟ ਸਿੱਖਰੀ ਵੀ ਹੋਈ ਹੈ ਸਵਾ ਫਿਰ ਸਿਰ ਸਵਾ ਸਾਰਾ ਫਿਰ ਝਾਤੀ ਵੱਜਦੀ ਸਿਰ 'ਚ
ਕੰਮ ਵਾਲੀ ਵੀ ਵੇਖ ਲੈਂਦੀ ਹੈ ਨਾ। ਅੱਛਾ ਨਾਲੇ ਤੇਰੇ ਕੰਮ ਵਾਲੀ ਨੇ ਕੱਪੜੇ ਧੋਤੇ ਸਨ ਨਾ ਕੇ ਫਿਰ ਧਵਾਏ ਸਨ, ਫਿਰ ਧਵਾਏ ਸਨ ਉਸੇ ਤਰ੍ਹਾਂ ਹੀ ਦਾਗ। ਪੈਂਟਾਂ ਦਿੱਤੀਆਂ ਨਾ ਉਹ ਗੋਡਿਆਂ ਤੋਂ ਉਸ ਤਰ੍ਹਾਂ ਗੰਦੀਆਂ, ਮੈਂ ਕਿਹਾ ਉਹ ਇੰਜ ਦੀ ਧੋਂਦੀ ਕੱਪੜੇ, ਅੱਧੇ ਘੰਟੇ ਚ ਤੋਂ ਸਾਰਾ ਢੇਰ ਕੱਪੜਿਆਂ ਦਾ ਧੋ ਜਾਂਦੀ। ਜ਼ੇਰ ਅਹਿਮਦ ਨੀਚੇ ਆ ਜਾ, ਆਪ ਨੇ ਵੀ ਤਾਰ ਦੀ ਆ ਉਹ ਕਵਰ, ਆਪ ਤੋਂ ਕਹਿ ਰਹੇ ਮੈਨੇ ਤਾਰਨਾ ਨੀ, ਗੰਦਾ ਹੋ ਜਾਤਾ ਮੇਰਾ। ਆਪਾਂ ਮੇਰੀ ਤੋਂ ਲੜਾਈ ਕਰ ਰਹੀ ਹੈ ਨਾ, ਅੱਲਾ ਤਾਲਾ ਥੋੜੀ ਸਾਰੀ ਧੁੱਪ ਕੱਢ ਦੇ। ਅਜੇ ਫਿਰ ਫਾਤਮਾ ਦੀ ਦੋਸਤ ਦਾ ਹੋਇਆ ਨੀ ਸ਼ਾਦੀ ਸ਼ੁਦੀ ਨਿਕਾਹ, ਮੈਨੂੰ ਨਾ ਮੰਗਣੀ ਨਹੀਂ ਹਲੇ ਤੇ ਉਹਦਾ ਭਰਾ ਨੂੰ ਸੈੱਟ ਕਰਨ ਦੀ ਕੋਸ਼ਿਸ਼ ਪੇ ਕਰਦੇ ਜਿੱਥੇ ਲੱਗ ਹੋਇਆ ਤਾਂ ਫਿਰ ਉਹ ਆਉਂਦੀ ਸੀ ਉਹ ਤੁਰ ਜਾਣਗੇ ਤੇ ਰਿਸ਼ਤੇ ਤੇ ਉਹ ਤਾਂ ਬਥੇਰੇ ਉਹ ਜਿੱਥੇ ਦੋ ਅੱਗੇ ਧੀਆਂ ਦਿੱਤੀਆਂ ਨਾ ਜਿੱਥੇ ਉਹ ਹੀ ਪੇ ਮੰਗਦੇ ਨੇ ਤੇ ਆਉਂਦੇ ਨੇ ਸਾਰੀਆਂ ਇੱਕੋ ਘਰ ਦੇ ਸ਼ਾਨੀਆਂ ਜੇ ਆਪਣੇ ਘਰ ਠੀਕ ਠਾਕ ਨੇ ਤੇ ਨਹੀਂ ਹੈ ਤੇ ਬੜੇ ਠੀਕ ਠਾਕ ਕੱਦ ਦਾ ਛੋਟਾ ਜਿਹਾ ਤੇ ਮਸੂਮ ਜਿਹਾ ਬੱਚਾ ਜਿਹਾ ਲੱਗਦਾ, ਮਰੀਮ ਨਾ ਵੱਡਾ ਹੈ ਤੇ ਉਹ ਮਰੀਮ ਦੇ ਕੋਲ ਤੇ ਉਹ ਇੰਜ ਲੱਗਦਾ ਜਿਵੇਂ ਉਹਦੀ ਵੱਡੀ ਭੈਣ ਵੱਡੀ ਆਪਾਂ ਹੁੰਦੀ ਹੈ ਜਿਵੇਂ ਵੱਡੀ ਕੋਈ ਚਾਚੀ ਹੁੰਦੀ ਹੈ। ਫਿਲਹਾਲ ਹਾਲੇ ਤੇ ਨਹੀਂ ਇੰਝ ਕਰਨ ਦੇ, ਇੱਕ ਛੋਟੀ ਨੇ ਜ਼ੈਨਬ। ਅੱਛਾ ਇੱਕ ਹੋਰ ਵੀ ਹੈ? ਹਾਂ ਉਹ ਵੀ 15-16 ਸਾਲਾਂ ਦੀ, ਤੋਂ ਇੰਨੀ ਜਿਹੀ ਲੱਗਦੀ ਹੈ ਜਿਵੇਂ 10-12 ਸਾਲਾਂ ਦਾ ਬੱਚਾ ਹੁੰਦਾ। ਇਹਦੇ ਪਿਓ ਵੀ ਤੇ ਤਾਏ ਚਾਚੇ ਦਾਦਾ ਛੋਟਾ ਜਿਹਾ ਨਾ ਕਰਦਾ, ਦੁਕਾਨ ਤੇ ਨੀ ਉਹ ਟੀਕਾ ਬੈਠਾ ਹੁੰਦਾ ਮਾੜਾ ਜਿਹਾ ਚਾਚਾ, ਇੱਧਰ ਜਾਂਦੇ ਆ ਇੱਧਰ ਉਹ ਨੀ ਕਦੀ ਲੰਘੇ, ਬਸ ਫਿਰ ਤੁਹਾਨੂੰ ਨੀ ਪਤਾ ਤੁਸੀਂ ਢੱਕ ਵਾਲੇ ਪਾਸੇ ਆਉਂਦੇ ਨਾ ਇੱਧਰ ਜਾਓ ਤੇ ਉਹ ਦੁਕਾਨ ਪਾਈ ਕਰਿਆਨੇ ਦੀ ਬਾਬੇ ਨੇ, ਅੱਖੋਂ ਵੀ ਕੱਖ ਨਹੀਂ ਦਿਸਦਾ ਤੇ ਹੈ ਵੀ ਮਾੜਾ ਆ ਜਿਹਾ ਹੈ। ਮਾਸ਼ਾਅੱਲਾ ਭਾਈ ਕਮਾਈ ਘੱਟ ਹੈ, ਦੁਕਾਨ ਨਹੀਂ ਕਿਸੇ ਨੂੰ ਦਿੰਦਾ। ਅੱਛਾ ਆ ਤੇ ਉਹ ਇਹਦਾ ਦਾਦਾ ਹੈ, ਇਹ ਵਿਚਾਰ ਨਾਨਕਿਆਂ ਤੇ ਜਵਾਨ ਤੁਰ ਗਈ ਹੈ, ਮੈਨੂੰ ਤਾਂ ਬੜੀ ਪਿਆਰੀ ਲੱਗਦੀ ਹੈ। ਹਾਂ ਨਹੀਂ ਬਹੁਤ ਅੱਛੀ ਬੱਚੀ ਹੈ। ਕਹਿੰਦੀ ਸੀ ਮੈਂ ਆਪਣੇ ਉੱਥੇ ਸਹੁਰਿਆਂ 'ਚ ਇਹਨੂੰ ਲੈ ਆਵਾਂਗੀ, ਪਰ ਸਹੁਰੇ ਉਹਦਾ ਜੀਵੀ ਠੇਕ ਲੱਗਦਾ ਚਾਚੇ ਦਾ ਪੁੱਤਰ, ਅਤੇ ਉਹਦੀ ਇੰਝ ਇੰਨੀ ਜੀ ਬੂਟੀ ਕੱਦ ਦਾ ਬਥੇਰਾ ਮਾਸ਼ਾ ਲੱਗਦਾ, ਉਹਨਾਂ ਦੇਣੇ ਹੀ ਉਹਨੇ ਪਹਿਲੇ ਆਪਣੇ ਜਵਾਈ ਬੜੇ ਸੋਹਣੇ ਸੇੜ ਲਏ ਨੇ। ਅੱਛਾ ਜਿਵੇਂ ਦੀਆਂ ਇਹਦੀਆਂ 3 ਭੈਣਾਂ ਸੋਹਣੀਆਂ ਨਾ ਉਹ ਬੜੀਆਂ ਸੋਹਣੀਆਂ। ਅੱਛਾ ਇਹਦੇ ਨਕਸ਼ ਕੁਝ ਮੋਟੇ ਮੋਟੇ ਉਹ ਬੜੀਆਂ ਪਿਆਰੀਆਂ, ਅਤੇ ਉਂਝ ਜਵਾਈ ਵੀ ਸੋਹਣੇ ਸੋਹਣੇ ਜਿਹੜੇ ਪਾਸੇ ਦੇ ਲੱਗਦੇ ਨੇ।
ਆਦਤ ਵੀ ਬੜੀ ਅੱਛੀ ਸੀ। ਹਾਂ ਨਹੀਂ ਬਹੁਤ ਅੱਛੀ ਬੱਚੀ ਨੇ, ਵੱਡਿਆਂ ਦੀ ਇੱਜ਼ਤ ਕਰਨਾ ਜਾਣਦੀ। ਬੜਾ ਦਮ ਪੁਰਾਣੀ ਹੈ, ਮੈਂ ਦਾੜਾ ਨੂੰ ਉੱਧਰ ਪਰਾਂ ਉੱਪਰ ਲੈਤਾ ਅਤੇ ਮੁੱਕ ਲੈ ਪਿੰਡ ਨੂੰ। ਅੱਛਾ ਅਤੇ ਜਿਹੜੀ ਵੀ ਆਉਣੀ ਵਡੇਰੀ ਲੱਭਦੀ ਹੈ ਨਾ, ਉਹ ਮੈਨੂੰ ਮੱਥਾ ਚੁੰਮਦੀ, ਇੰਨਾ ਪਿਆਰ ਕਰਦੀ ਹੈ। ਮਾਤਾ ਦੀ ਵੀ ਚੰਗੀ ਅਤੇ ਖਾਂਦੇ ਪੀਂਦੇ ਨੇ, ਪਰ ਸਹੀ ਵੱਡੇ ਛੋਟੇ ਬੱਚੇ ਬਹੁਤ ਇੱਜ਼ਤ ਕਰਦੇ ਵੱਡੇ। ਬਾਜੀ ਵੀ ਕੋ ਕਹਿੰਦੀ ਹੁੰਦਾ ਨੇ ਕਿਆ ਅੰਦਰ ਲਾ ਲਈ ਅੱਲੀ ਵਿੱਚ ਸਰਦੀਆਂ 'ਚ ਲੱਤਾਂ ਇੰਝ ਹੋ ਜਾਂਦੀਆਂ ਨੇ ਸਟਿਲ ਅੱਗੇ ਸਿਰ 'ਤੇ ਕੁਛ ਲਾਇਆ ਸਭਾ ਨਹੀਂ, ਲੱਗਦਾ ਵੀ ਲਾਲ ਮਹਿੰਦੀ ਲਾਈ, ਮੈਂ ਕੁਛ ਵੀ ਨਹੀਂ ਲਾਇਆ। ਮੈਂ ਤਾਂ ਉਸ ਦਿਨ ਮਹਿੰਦੀ ਗਰਮੀਆਂ 'ਚ ਨਾ ਮੰਗਾਈ ਕਮਲ ਕੋ, ਅਤੇ ਉਹ ਆਪਣੇ ਵੱਲੋਂ ਲੈ ਆਈ ਜੇ ਰੈੱਡ ਕਲਰ ਦੀ, ਜਿਹੜੀ ਬਾਜੀ ਮਨਜ਼ੂਰਾਂ ਲਾਉਂਦੇ। ਮੈਂ ਕਿਹਾ ਮੈਂ ਨਹੀਂ ਹੈ ਲਾਉਣੀ ਹੈ, ਮੇਰੇ ਵਾਲਾਂ ਨੂੰ ਤਾਂ ਜੀ ਵੀ ਲੱਗੇਗੀ ਨਾ। ਕਹਿੰਦੀ ਬਾਜੀ ਲਾਲ ਨੇ ਵਾ, ਕਾਲੇ ਵਾਲ ਬੜੇ ਸੋਹਣੇ ਹੁੰਦੇ। ਨਹੀਂ ਉਹ ਗਰਮੀਆਂ 'ਚ ਸਾ ਨਾ, ਅਤੇ ਮੈਂ ਕਿਹਾ ਚਲੋ ਮਹਿੰਦੀ ਲਾਉਂਦੀ ਹਾਂ, ਉਹ ਆਪਣੇ ਵੱਲੋਂ ਰੈੱਡ ਲੈ ਆਈ ਬਾਜੀ ਮਨਜ਼ੂਰਾਂ ਵਾਲਾ ਰੰਗ। ਮੈਂ ਕਿਹਾ ਮੈਂ ਨਹੀਂ ਲਾਉਣੀ, ਪਤਾ ਨਹੀਂ ਮੈਨੂੰ ਸੱਜੇ ਕਿ ਨਾ ਸੱਜੇ। ਬਾਜੀ ਮਨਜ਼ੂਰਾਂ ਮੈਨੂੰ ਕਹਿ ਕੇ ਥੱਕ ਗਈ, ਨਹੀਂ ਜੀਨਾ ਮੈਂ ਤੇਰੇ ਵਾਲਾਂ ਨੂੰ ਵੇਖਦੀ ਹਾਂ, ਮੈਨੂੰ ਕੁਛ ਹੁੰਦਾ ਨਹੀਂ, ਮਹਿੰਦੀ ਲਾ। ਮੈਂ ਕਿਹਾ ਤੇਰੀ ਪਨੇਵੀ ਵੀ ਆਉਂਦੀ ਹੈ ਨਾ, ਉਹ ਵੀ ਆਉਂਦੀ ਮਾਂ ਮੈਂ ਤੈਨੂੰ ਲਿਆ ਕੇ ਲਿਆ, ਮੈਂ ਲਾਉਣਾ ਹੀ ਨਹੀਂ। ਹਾਂ ਸਹਿਰਾਂ ਨੂੰ ਸਾਦੀਆਂ ਨਹੀਂ ਆਉਂਦੀ, ਸਾਦੀਆਂ ਨਹੀਂ ਮੈਂ ਸੋਹਣੇ ਲੱਗਦੇ ਸੋ ਚਿੱਟੇ ਸਹਿਰਾ ਜਿਹੜੀ ਹੈ ਨਾ, ਉਹਨੂੰ ਬੜੀ ਅੰਤ ਕਰਦੇ ਉਧਰੋਂ ਬਾਜੀ ਮਨਜ਼ੂਰਾਂ ਨੂੰ। ਜਦੋਂ ਮੈਂ ਲਿਆਂਦੀ ਮਹਿੰਦੀ ਹੋਰੀ ਕਿਹਦੀ, ਮਹਿੰਦੀ ਇਹਦੀ ਕਿੰਨੀ ਬੜੀ ਪਈ ਹੈ, ਉਹ ਲੈ ਕੇ ਚੱਲ ਘਰ। ਮੈਂ ਮੇਰੇ ਪਾਗਲ ਕੁੱਤੇ ਬੜਾ, ਮੈਂ ਗਰਮੀ ਸਰਦੀ 'ਚ ਮਹਿੰਦੀ ਲਾ ਕੇ, ਹਾਂ ਮੈਂ ਨਹੀਂ ਲਾਉਂਦੀ ਨਾ, ਮੈਂ ਗਰਮੀਆਂ ਲਾਈਆਂ ਮੈਂ ਸਰਦੀਆਂ ਲਾਈ ਲਿਆਂਦੀ ਨਹੀਂ। ਤੁਸੀਂ ਕਲਰ ਲਾਉਂਦੇ? ਮੈਂ ਇੱਕ ਦੋ ਵਾਰੀ ਲਾਇਆ, ਹੁਣ ਕਦੀ ਕਲਰ ਵੀ ਨਹੀਂ ਮੈਂ ਲਾਇਆ, ਮੈਂ ਨਹੀਂ ਲਾਉਂਦੀ ਕੁਛ ਵੀ। ਕਈਆਂ ਜੀ ਨਾਸ਼ਤਾ ਬਣਾਉਂਦਾ ਪਿਆ ਹੈ ਨਾ, ਪਰਾਂਠੇ ਦੀ ਇਸ਼ੂ ਹੈ। ਕਈ ਲੋਕ ਇਸ ਵੇਲੇ ਬਣਾਉਂਦੇ ਨੇ 10-11-12 ਵਜੇ, ਇਹ ਜਿਹੜੇ ਤੇਲੀ ਨੇ ਇਸ ਵੇਲੇ ਕੰਮ 'ਤੇ ਜਾਂਦੇ ਨੇ, ਰਾਤ ਦੇ 12-1 ਵਜੇ ਆਉਂਦੇ ਨੇ, 11-12 ਵਜੇ ਇਸ ਵੇਲੇ 11-12 ਜਾਂਦੇ ਨੇ। ਚੱਲ ਮੇਰਾ ਹੁਣ ਥੋੜਾ ਜਿਹਾ ਵੇਖ ਲਓ, ਧੁੱਪਿਆ ਖੁਸ਼ੀ ਹੈ, ਖੁਸ਼ੀ ਸਾਡੀ ਖੁਸ਼ੀ ਜੇ ਬਾਜੀ। ਹਾਂ ਖੁਸ਼ੀ ਨੀਚੇ ਜਾ ਕੇ ਖਾ ਲਓ। ਤੁਹਾਡੀਆਂ ਭੈਣਾਂ ਕਿੱਥੇ ਨੇ? ਰੋਜ਼ੀਏ ਕਹਿੰਦਾ ਪਾਪਾ ਗੋਭੀ ਕੱਟ। ਖੈਰ ਤਾਂ
ਅੰਮਾ ਕਿੱਦਾਂ ਦੇ ਪਿਛਲੇ ਪਾਸੇ ਨਾ ਜਮਸ਼ੇਦ ਦਾ ਭਰਾ ਸੀ ਨਾ ਜਿਹੜਾ ਮਾਛੀਆਂ ਦੇ ਘਰ ਦੇ ਸਾਹਮਣੇ ਉਹ ਫੌਤ ਹੋ ਗਿਆ। ਚਲੋ।